ਲੁਧਿਆਣੇ ਦਾ ਤੇ ਪੰਜਾਬ ਦਾ ਸਾਨੂੰ ਪਤਾ ਹੀ ਹੈ ਕਿ ਹਰਿਆਲੀ ਦਾ ਕੀ ਹਾਲ ਚਾਲ ਹੈ। 3.4% ਸੁਣਿਆ ਕਹਿੰਦੇ ਗ੍ਰੀਨ ਕਵਰ ਰਹਿ ਗਿਆ ਜੀ, ਅਤੇ ਉਹਦੇ 'ਚ ਵੀ ਜਿਹੜੇ ਡੈਂਸ ਜੰਗਲ ਹੈ ਉਹ 0% ਰਹਿ ਗਿਆ। ਜਿੰਨੇ ਪੇੜ ਲਗਾਏ ਜਾ ਸਕਣ, ਜਿੰਨਾ ਵੱਧ ਤੋਂ ਵੱਧ ਗ੍ਰੀਨ ਕਵਰ 'ਤੇ ਕੰਮ ਹੋ ਸਕੇ ਉਹਦੀ ਲੋੜ ਹੈ ਇਸ ਵੇਲੇ ਬਹੁਤ ਜ਼ਿਆਦਾ। ਸੋ ਅੱਜ ਜਸਕੀਰਤ ਸਿੰਘ ਜੀ ਅਤੇ ਨਵਨੀਤ ਕੌਰ ਭੈਣ ਜੀ ਦੇ ਘਰ ਜਿਹੜਾ ਉਹਨਾਂ ਨੇ ਇੱਕ ਬੜਾ ਯੂਨੀਕ ਇਨੀਸ਼ੀਏਟਿਵ ਲਿਆ ਕਿ ਸੀਡਸ ਦੇ ਲੱਡੂ ਬਣਾਉਣੇ ਬੱਚਿਆਂ ਦੇ ਕੋਲੋਂ। ਦਿਸ ਇਜ਼ ਸੋ ਸੋ ਸਵੀਟ ਐਂਡ ਯੂਨੀਕ ਕਿ ਸਾਰੇ ਬੱਚੇ ਇਨਵੋਲਵਡ ਨੇ ਐਂਡ ਦੇ ਆਰ ਲਰਨਿੰਗ ਐਂਡ ਯੂ ਨੋ ਪੁਟਿੰਗ ਹੈਂਡਸ ਇਨ ਸੋਇਲ ਅਤੇ ਛੋਟੇ ਛੋਟੇ ਲੱਡੂ ਬਣਾ ਰਹੇ ਨੇ ਸਾਰੇ ਬੱਚੇ। ਲਾਈਕ ਦਿਸ ਇਜ਼ ਐਨ ਐਗਜ਼ਾਮਪਲ ਅਤੇ ਸੀਡਸ ਨੂੰ ਬੋਲਸ ਦੀ ਤਰ੍ਹਾਂ ਬੰਦ ਕਰ ਰਹੇ ਨੇ ਐਂਡ ਦੇ ਆਰ ਲਰਨਿੰਗ ਦੈਟ ਦਿਸ ਇਜ਼ ਹਾਊ ਟ੍ਰੀ ਗਰੋਜ਼ ਔਨ ਅਰਥ। ਨਾ ਕੇਵਲ ਇਹਨਾਂ ਨੂੰ ਟ੍ਰੀਜ਼ ਦੀ ਇੰਪੋਰਟੈਂਸ ਪਤਾ ਲੱਗ ਰਹੀ ਹੈ ਕਿ ਪੰਜਾਬ 'ਚ ਘੱਟ ਰਹੇ ਨੇ, ਬਟ ਅਲੋਂਗ ਵਿਦ ਦੈਟ ਦੇ ਆਰ ਸੇਫ ਗਾਰਡਿੰਗ ਦਾ ਫਿਊਚਰ ਕਿ ਕੱਲ੍ਹ ਨੂੰ ਇਹਨਾਂ ਬੱਚਿਆਂ ਨੂੰ ਪਤਾ ਤਾਂ ਹੋਊਗਾ ਐਟਲੀਸਟ ਕਿ ਹਾਊ ਟੂ ਮੈਨੇਜ ਗ੍ਰੀਨ ਕਵਰ, ਹਾਊ ਟੂ ਗਰੋ ਮੋਰ ਟ੍ਰੀਜ਼। ਵੀ ਹੈਵ ਅ ਸਟਰੋਂਗ ਟੀਮ ਆਫ ਕਿਡਸ ਪਲੱਸ ਲੇਡੀਜ਼, ਸੋ ਦੇ ਆਰ ਵੈਰੀ ਸਪੋਰਟਿਵ। ਉਹਨਾਂ ਨੂੰ ਸਮਝਾਉਣ ਲਈ ਕਿ ਇਹ ਸੀਡਸ ਕਿਸ ਤਰ੍ਹਾਂ ਦੇ ਹੈਗੇ, ਵੀ ਹੈਵ ਅ ਲਿਟਲ ਗ੍ਰਾਫਿਕ ਰੀਪ੍ਰੈਜੈਂਟੇਸ਼ਨ ਆਲਸੋ ਕਿ ਕਿਹੜੇ ਸੀਡ, ਕਿਹੜਾ ਸ਼ੈਲ ਹੈ ਅਤੇ ਕਿਹੜੇ ਫਲਾਵਰਸ ਹੈ ਉਹਦੇ, ਉਹ ਥਰੂ ਆਊਟ ਪਿਕਟੋਰੀਅਲ ਫੋਰਮ ਮੇ ਵੀ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਸੀਗੀ। ਟ੍ਰੀਜ਼ ਨੂੰ ਗਰੋ ਕਰਨਾ ਹੋਏ, ਜੇ ਸਾਡੇ ਕੋਲ ਕੋਈ ਨਾ ਹੋਏ ਕਿ ਅਸੀਂ ਟ੍ਰੀਜ਼ ਗਰੋ ਕਰਦੇ, ਤਾਂ ਅਸੀਂ ਟ੍ਰੀਜ਼ ਗਰੋ ਕਰਨਾ ਤਾਂ ਅਸੀਂ ਆਪੇ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਤਾਂ ਇਹ ਮਿੱਟੀ ਨੂੰ ਮਿੱਟੀ ਦੇ ਲੱਡੂ ਵਿੱਚ ਅਮਲਦਾਸ, ਜਕਰੈਂਡਾ, ਕਰੰਜ ਤੇ ਗੁਲਮੋਹਰ ਦੇ ਸੀਡਸ ਪਾਏ ਜਾ ਰਹੇ ਹਨ। ਇਹਨਾਂ ਨਾਲ ਆਪਣਾ ਇਨਵਾਇਰਮੈਂਟ ਵਧੀਆ ਰਹੂਗਾ, ਪੌਦੇ ਉੱਗੂਗੇ। ਜਿਵੇਂ ਫਾਰਮਸ ਜ਼ਿਆਦਾ ਲੋੜ ਹੋਊਗੀ, ਆਪਾਂ ਜਿਵੇਂ ਕੱਟਦੇ ਰਹਿੰਦੇ ਹਾਂ ਪਲਾਂਟਸ ਨੂੰ, ਇਸ ਲਈ ਆਪਾਂ ਜਿੰਨੇ ਕੱਟਣੇ ਚਾਹੀਦੇ ਉਨੇ ਹੋਰ ਉੱਥੋਂ ਡਬਲ ਉਗਾਉਣੇ ਵੀ ਚਾਹੀਦੇ। ਆਪਣੇ ਮਿੱਟੀ ਦਾ ਲੱਡੂ ਹੈ ਬੇਸਿਕਲੀ, ਜਿਹਦੇ ਵਿੱਚ ਬੀਜ ਪਾਏ ਹੋਏ ਆ ਪੇੜਾਂ ਦੇ, ਅਤੇ ਇਹਨੂੰ ਅਸੀਂ ਯੂਜ਼ ਕਰਾਂਗੇ ਮੌਨਸੂਨ ਦੇ ਵਿੱਚ। ਇਹਨੂੰ ਰੱਖ ਕੇ ਆਵਾਂਗੇ ਇਹੋ ਜਿਹੀ ਜਗ੍ਹਾ 'ਤੇ ਜਿੱਥੇ ਉਹ ਪੁੰਗਰੇਗਾ ਅਤੇ ਫਿਰ ਹੌਲੀ ਹੌਲੀ ਪੇੜ ਦੇ ਵਿੱਚ ਬਦਲ ਜਾਏਗਾ। ਕੋਈ 1000 ਸੀਡ ਬੋਲਸ ਦਾ ਪਲਾਨ ਹੈਗਾ ਅੱਜ ਬਣਾਉਣ ਦਾ। ਇਹ ਅਮਲਤਾਸ ਦੇ ਫਲੀਆਂ ਹੈ ਜੀ, ਅਤੇ ਅਮਲਤਾਸ ਦੇ ਰੁੱਖ ਨੂੰ ਪੀਲੇ ਰੰਗ ਦੇ ਬੜੇ ਸੋਹਣੇ ਫੁੱਲ ਲੱਗਦੇ, ਅਤੇ ਇਹਦੇ ਵਿੱਚੋਂ ਅਸੀਂ ਬੀਜ ਕੱਢ ਲਏ ਸੀਡਸ। ਇਹ ਅਮਲਤਾਸ ਦੇ ਸੀਡਸ ਆ ਜਿਹੜੇ ਨਿਕਲੇ ਹੋਏ ਆ ਵਿੱਚੋਂ, ਇਹ ਅਮਲਤਾਸ ਦੇ ਸੀਡਸ ਹੈ। ਗੋਲਡਨ ਸ਼ਾਵਰ ਵੀ ਕਿਹਾ ਜਾਂਦਾ ਇਹਨੂੰ। ਅਤੇ ਸੋ ਅਮਲਤਾਸ ਦਾ ਅਸੀਂ ਕਾਫੀ ਅਮਲਤਾਸ ਦੇ ਬੀਜ ਜਿਹੜੇ ਹੈ ਇਹ ਸੀਡ ਬੋਲਸ ਦੇ ਵਿੱਚ ਪਾ ਰਹੇ ਹਾਂ, ਇੱਕ ਇੱਕ 'ਚ ਦੋ ਦੋ ਤਿੰਨ ਤਿੰਨ ਪਾ ਰਹੇ ਹਾਂ ਇਹਦੇ। ਦੂਸਰਾ ਹੈਗਾ ਜੀ ਸਾਡੇ ਕੋਲ ਕਰੰਜ ਦੇ ਬੀਜ ਹੈਗੇ ਆ। ਜਿਹੜਾ ਕਰੰਜ ਹੈ ਉਹ ਇੱਕ ਇਹਦਾ ਵੀ ਕਾਫੀ ਵੱਡਾ ਪੇੜ ਹੁੰਦਾ ਔਰ ਇਹ ਵੀ ਆਯੁਰਵੈਦਿਕ ਵੀ ਇਹਦਾ ਸਿਗਨੀਫਿਕੈਂਸ ਹੈਗਾ। ਅਤੇ ਤੀਸਰਾ ਸਾਡੇ ਕੋਲ ਇਹ ਗੁਲਮੋਹਰ ਹੈ ਜੀ, ਇਹ ਗੁਲਮੋਹਰ ਦੀਆਂ ਫਲੀਆਂ ਸੀਡਸ ਹੈ। ਸੋ ਇਹ ਸੀਡਸ ਜਿਹੜੇ ਹੈ ਇਹ ਗੁਲਮੋਹਰ ਦੇ ਹੈ, ਇਹਨੂੰ ਲਾਲ ਰੰਗ ਦੇ ਫੁੱਲ ਲੱਗਦੇ ਬੜੇ ਸੋਹਣੇ। ਇਹ ਜਕਰਾਂਡਾ ਹੈ ਜੀ, ਇਹਨੂੰ ਨੀਲੀ ਗੁਲਮੋਹਰ ਵੀ ਕਿਹਾ ਜਾਂਦਾ, ਅਤੇ ਇਹ ਥੋੜ੍ਹੇ ਬੀਜ ਹੈ ਸਾਡੇ ਕੋਲ, ਇਹਦੇ ਹੋਰ ਕੋਸ਼ਿਸ਼ ਕਰਾਂਗੇ ਲੱਭਣ ਦੀ। ਅੱਜ ਅਸੀਂ ਸੋਇਲ ਬੋਲਸ ਬਣਾ ਰਹੇ ਹਾਂ ਜਿਸ 'ਚ ਅਸੀਂ ਸੀਤ ਪਾਏ ਨੇ, ਅਤੇ ਪ੍ਰੋਪਰ ਐਪਰੋਪ੍ਰੀਏਟ ਜੋ ਇਹਨਾਂ ਨੂੰ ਆਪਣਾ ਫੂਡ ਬਣਾਉਣ ਲਈ ਮਿਲਦਾ ਉਹ ਮਿਲੇਗਾ ਅਤੇ ਆਪਣੇ ਆਪ ਗਰੋ ਹੋਣਗੇ। ਹਰ ਇੱਕ ਲੱਡੂ ਵਿੱਚ ਅਸੀਂ 5 ਬੀਜ ਪਾ ਰਹੇ ਹਾਂ, ਸੋ ਹੋਪਫੁਲੀ ਵਿਦ ਇਨ ਨੈਕਸਟ 1 ਆਵਰ ਅਸੀਂ 1000 ਲੱਡੂ ਬਣਾਉਣ ਦਾ ਟਾਰਗੇਟ ਹੈ, ਤਾਂ ਉਹਨੂੰ ਅਚੀਵ ਕਰਨ ਦੀ ਪੂਰੀ ਅੱਜ ਟਰਾਈ ਹੈ ਸਰ। ਅਤੇ ਨਵੀਂ ਚੀਜ਼ ਸੀ ਸਾਡੇ ਲਈ, ਸਪੈਸ਼ਲੀ ਅਸੀਂ ਇਸੇ ਕਰਕੇ ਆਏ ਹਾਂ ਕਿ ਅਸੀਂ ਦੇਖੀਏ ਕੀ ਚੀਜ਼ ਹੈ, ਕੀ ਕੰਸੈਪਟ ਹੈ, ਨਵੀਂ ਚੀਜ਼ ਸਮਝੀਏ ਅਤੇ ਉਹਨੂੰ ਆਪਣੇ ਅਪਣਾ ਕੇ ਅੱਗੇ ਕਰੀਏ। ਪਾਣੀ ਪਿਤਾ ਮਾਤਾ ਤਰਤ ਮਾਤਾ।